बिस्मिल्लाहिर्रहमानिर्रहीम अस्सलामुअलैकुम फ्रेंड्स, वेलकम करी हूँ थोड़ा अपने चैनल अलीज़ा सहर ब्लॉग्स में। तो आज आप बनावांगे हांडी। तो सब तो पहले घी डालेंगे, घी सालन के हिसाब न डालेंगे। प्याज गए इन्हों कट लिया घी में डाल लिया वा, हम प्याज डालेंगे तड़का बना लेंगे। तड़का प्याज होंगे तो आप कट लवेंगे टमाटर मिर्चा। टमाटर काट लेंगे तो मिर्चा भी काट लेंगे। टमाटर डाल देंगे, मसाला डाल देंगे, मिर्चा हल्दी और कटेंगे क्योंकि प्याज वगैरह से ना थोड़ा सा तैयार हो गया थोड़ा। अदरक पाउडर का अद्धा चम्मच डाल देंगे। लाल मिर्च का एक हल्का जहा चम्मच डाल देंगे। हल्दी का अद्धा चम्मच डालेंगे। नमक का भी एक चम्मच डालेंगे। अद्धा गिलास पानी डालेंगे। हम सब
सब्जी जी सी गोभी गोभी कट लिया सी धो के गोभी धो लवेंगे फिर से धो के फिर डालेंगे तो आलू आलू भी धो के कट लिया सी फिर धो लेंगे ਲਿਆ ਵਾ ਅਤੇ ਹੁਣ ਇਹਦੇ ਉੱਪਰ ਢੱਕਣ ਦੇ ਦਾਂਗੇ ਅਤੇ ਇਹਨੂੰ ਢੱਕਣ ਦੇਵਾਂਗੇ ਥੋੜ੍ਹੀ ਦੇਰ ਬਾਅਦ ਚਮਚਾ ਫੇਰ ਲਵਾਂਗੇ ਅਤੇ ਫਿਰ ਤੁਹਾਨੂੰ ਦੱਸ ਦੇਂਗੇ ਹਾਂਡੀ ਨੂੰ ਦੋ ਤਿੰਨ ਦਫ਼ਾ ਦੇਖਿਆ ਸੀਗਾ ਅਤੇ ਭੁੱਜ ਗਈ ਆ ਹਾਂਡੀ ਹੁਣ ਇਹਦੇ ਵਿੱਚ ਮਸਾਲੇ ਵਗੈਰਾ ਡਾਲ ਲਵਾਂਗੇ ਉਹ ਖੁਸ਼ਕ ਧਨੀਆ ਅਤੇ ਜ਼ੀਰਾ ਇਹਨੂੰ ਕੁੱਟ ਲਿਆ ਸੀਗਾ ਪੀਸ ਲਿਆ ਸੀਗਾ ਇਹ ਡਾਲ ਦਾਂਗੇ ਬਹੁਤ ਅੱਛਾ ਜ਼ਾਇਕਾ ਹੁੰਦਾ ਮਸਾਲਿਆਂ ਨਾਲ ਵੀ ਖੁਸ਼ਬੂ ਬਹੁਤ ਸੋਹਣੀ ਹੁੰਦੀ ਆ ਹਰਾ ਧਨੀਆ ਡਾਲ ਲਾਂਗੇ ਇਹਦਾ ਵੀ ਆਪਣਾ ਹੀ ਮਹਿਕ ਆ ਦੇਖੋ ਹਾਂਡੀ ਭੁੱਜ ਗਈ ਆ ਬਹੁਤ ਸੋਹਣੀ ਮਾਸ਼ਾਅੱਲਾ ਬਣੀ ਆ ਸਾਫ਼ ਕਰ ਲਾ ਧੀਮੀ ਧੀਮੀ ਆਂਚ ਤੇ ਜਦੋਂ ਭੁੱਜਣ ਲੱਗੀ ਸੀ ਹਾਂਡੀ ਉਦੋਂ ਧੀਮੀ ਧੀਮੀ ਆਂਚ ਤੇ ਪੱਕਣ ਦਿੱਤਾ ਅਤੇ ਇਸ ਵਜ੍ਹਾ ਤੋਂ ਬਹੁਤ ਸੋਹਣੀ ਭੁੱਜ ਗਈ ਆ ਅਤੇ ਹੁਣ ਇਹਨੂੰ ਸਰਵ ਕਰ ਲਾਂਗੇ ਸਾਡੀ ਅੱਗ ਦੀ ਰੈਸਪੀ ਤਿਆਰ ਹੋ ਗਈ ਆ ਅਤੇ ਸਬਜ਼ੀਆਂ ਦਾ ਮਹਿਕ ਬਹੁਤ ਸੋਹਣਾ ਹੁੰਦਾ ਜਿਹੜਾ ਘਰ ਦਾ ਸਬਜ਼ੀਆਂ ਹੁੰਦਾ ਅਗਰ ਤੁਸੀਂ ਉਹ ਡਾਲੋ ਉਹਦੀ ਤਾਂ ਬੜਾ ਸੋਹਣਾ ਮਹਿਕ ਹੁੰਦਾ ਉਹ ਬਹੁਤ ਜ਼ਿਆਦਾ ਪਸੰਦ ਆ ਮੈਨੂੰ ਅਤੇ ਇਹ ਦੇਖੋ ਜੀ ਡਿਸ਼ ਕਿੰਨੀ ਜ਼ਬਰਦਸਤ ਬਣੀ ਆ ਮਜ਼ੇਦਾਰ ਬਹੁਤ ਸੋਹਣੀ ਖੁਸ਼ਬੂ ਆ ਰਹੀ ਆ ਆਲੂ ਗੋਭੀ ਦੇ ਪਰਾਂਠੇ ਵੀ ਬਣਾਏ ਜਾਂਦੇ ਉਹ ਵੀ ਬੜੇ ਮਜ਼ੇਦਾਰ ਬਣਦੇ ਆ ਅਤੇ ਉਮੀਦ ਕਰ ਰਹੀ ਹਾਂ ਕਿ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਅੱਛੀ ਲੱਗੀ ਹੋਏਗੀ ਅਗਰ ਅੱਛੀ ਲੱਗੀ ਆ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਹੋ ਸਕੇ ਜਿਹੜੇ ਫਰੈਂਡਸ ਨਿਊ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਅਗਰ ਹੋ ਸਕੇ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤੁਹਾਡੀ ਬਹੁਤ ਜ਼ਿਆਦਾ ਮਿਹਰਬਾਨੀ ਹੋਏਗੀ ਅਤੇ ਮਿਲਦੇ ਇੱਦਾਂ ਦੀ ਪਿਆਰੀ ਪਿਆਰੀ ਵੀਡੀਓਜ਼ ਦੇ ਨਾਲ ਪਿਆਰੀ ਪਿਆਰੀ ਰੈਸਪੀਜ਼ ਦੇ ਨਾਲ ਅੱਲਾ ਹਾਫਿਜ਼